ਮਿਹਨਤ ਨਾ ਕਰਨੀ ਪਵੇ, ਪੈਸਾ ਵੱਧ ਆਵੇ। ਛੋਟੀ ਉਮਰ ਆ ਉਹ ਚੀਜ਼ ਦਾ ਤਜਰਬਾ ਨਹੀਂ ਹੁੰਦਾ, ਜਦੋਂ ਧੱਕੇ ਖਾਂਦਾ ਬੰਦਾ ਉਹ ਤਜਰਬੇ ਹੋ ਜਾਂਦੇ ਆ। ਮੈਂ ਲਾਈਫ ਦੇ ਵਿੱਚ ਬਾਈ ਜੀ ਉਹ ਕਿਹੜਾ ਕੰਮ ਜਿਹੜਾ ਨਹੀਂ ਕੀਤਾ। ਪਟਿਆਲਾ ਕਾਂਡ ਹੋ ਜਾਂਦਾ, ਉਹਦੇ 'ਚ ਜਿਹੜਾ ਹੈਗਾ ਮੇਰਾ ਨਾਮ ਆ ਗਿਆ, ਤੈਨੂੰ ਸੱਤ ਲੱਗ ਗਈ ਸੀ, ਭਗੌੜੇ ਰਹਿਣਾ ਪਿਆ ਅਤੇ ਬਾਅਦ 'ਚ ਜੇਲ੍ਹ ਵੀ ਜਾਣਾ ਪਿਆ। ਹਰ ਇੱਕ ਬੰਦਾ ਜਦੋਂ ਬਿਜ਼ਨਸ ਕਰਦਾ ਤਾਂ ਉਹਨੂੰ ਐਂਦਾ ਵੀ ਕੁਰਸੀ 'ਤੇ ਬੈਠ ਕੇ ਬਿਜ਼ਨਸ ਕਰੀਏ, ਅਤੇ ਅਸੀਂ ਵੀ ਜਦੋਂ ਸੋਚਿਆ ਅਤੇ ਸ਼ੁਰੂ ਕੀਤਾ, ਬੈਂਕ ਤੋਂ ਲੋਨ ਲਿਆ ਵੀ ਆਪਾਂ ਬਸ ਪੈਸੇ ਚੱਕੇ ਅਤੇ ਕਾਰੋਬਾਰ ਜਦੋਂ ਬਿਜ਼ਨਸ ਕਰ ਲਿਆ ਆਪਾਂ ਪੈਸੇ ਤਾਂ ਮਿੰਟ ਲਾ ਦੇਣੇ। ਸਾਨੂੰ ਇਹ ਸਮਝ ਆਈ ਵੀ ਇਹ ਕਹਾਣੀ ਜਿਹੜੀ ਆ ਦਿਖਦੀ ਕੁਛ ਹੋਰ ਆ, ਅਸਲ 'ਚ ਹੈ ਕੁਛ ਹੋਰ। ਕਿਰਾਇਆ ਭਰ ਰਹੇ ਸੀ, ਬਿੱਲ ਉਤਾਰ ਰਹੇ ਸੀ, ਜੇਬਾਂ 'ਚ ਪੈਸੇ ਲੱਗ ਰਹੇ ਸੀ, ਜਦਕਿ ਅਸੀਂ ਬੈਂਕਾਂ ਦੀ ਲੋੜ ਨਹੀਂ ਸੀ। ਸਾਡੇ ਲੋਕਾਂ ਦਾ ਪਿਆਰ ਸਾਨੂੰ ਮਿਲ ਗਿਆ ਅਤੇ ਵੱਡੀ ਗੱਲ ਸਾਨੂੰ ਗੁਰੂ ਸਾਹਿਬ ਦੀ ਕਿਰਪਾ ਮਿਲ ਗਈ ਅਤੇ ਉਹ ਮਾਹੌਲ ਜਿਹੜਾ ਸਾਡਾ ਬਹੁਤ ਚੇਂਜ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਪਹਿਲਾਂ ਤਾਂ ਇਹ ਹੈ ਕਿ ਜਿਹੜੀ ਪਰਮਾਤਮਾ ਦੀ ਮਰਜ਼ੀ ਆ ਕਿ ਸਾਡੇ ਬੰਦੇ ਸਾਰੇ ਗੁਰਸਿੱਖ ਆ। ਪਹਿਲਾਂ ਤਾਂ ਇਹ ਆ ਵੀ ਜਦੋਂ ਭਾਵਨਾ ਨਾਲ ਤਿਆਰ ਕੀਤਾ ਉਦੋਂ ਗੁਰਸਿੱਖ ਦੇ ਹੱਥ ਤਿਆਰ ਚੀਜ਼ ਹੋਵੇ ਤਾਂ ਪਹਿਲੀ ਤਾਂ ਵੱਡੀ ਗੱਲ ਇਹ ਆ ਵੀ ਬਰਕਤ ਪੈਦਾ ਹੁੰਦੀ ਹੈ, ਅਤੇ ਦੂਜੀ ਗੱਲ ਇਹ ਆ ਵੀ ਬਾਈ ਜਿਹੜੇ ਮਤਲਬ ਇੱਕ ਟੈਕਨੀਕਲੀ ਆ ਅਸੀਂ ਇਹਦੇ 'ਚ ਬੇਸ ਜਿਹੜਾ ਤਿਆਰ ਕਰਦੇ ਹਾਂ ਉਹ ਆਪਦਾ ਅਸੀਂ ਹੱਥੀਂ ਤਿਆਰ ਕਰਦੇ ਹਾਂ, ਅਤੇ ਤੀਜੀ ਗੱਲ ਇਹਦੇ ਵਿੱਚ ਇਹ ਆ ਕਿ ਅਸੀਂ ਆਟੇ ਦੇ ਵਿੱਚ ਮਿਕਸ ਕਰਦੇ ਹਾਂ ਮੈਦਾ, ਇਕੱਲਾ ਮੈਦਾ ਨਹੀਂ ਦਿੰਦੇ। ਵੈਸੇ ਤਾਂ ਅਸੀਂ ਇਕੱਲਾ ਆਟਾ ਵੀ ਤਿਆਰ ਕਰਦੇ ਹਾਂ ਪਰ ਜ਼ਿਆਦਾਤਰ ਕਸਟਮਰ ਜਿਹੜੇ ਹੈਗੇ ਮੈਦਾ ਖਾ ਕੇ ਰਾਜ਼ੀ ਆ। ਅਸੀਂ ਕੀ ਕਰਦੇ ਹਾਂ ਵੀ ਅਸੀਂ ਮਤਲਬ ਦੋਵਾਂ ਚੀਜ਼ਾਂ ਨੂੰ ਰਲਾ ਕੇ ਬਣਾ ਦਿੰਦੇ ਹਾਂ, ਵੀ ਅਸੀਂ ਕਿਸੇ ਨੂੰ ਇਹ ਗੱਲ ਕਹਿਣ ਦੀ ਬਜਾਏ ਅਸੀਂ ਆਪਦੇ ਵੱਲੋਂ ਮਿਕਸ ਆਟਾ ਅਤੇ ਮੈਦਾ ਤਿਆਰ ਕਰਦੇ ਹਾਂ, ਵੀ ਖਾਸ ਕਰਕੇ ਅਸੀਂ ਕਸਟਮਰ ਦੀ ਜਿਹੜੀ ਆ ਸਿਹਤ ਦਾ ਖਿਆਲ ਰੱਖਣਾ। ਹੁਣ ਅਸੀਂ ਸਾਡਾ ਸਟਾਫ ਆ, ਅਸੀਂ 8-10 ਜਣੇ ਆਪ ਹਾਂ, ਸਾਡੀ ਫੈਮਿਲੀਜ਼ ਆਉਂਦੀਆਂ, ਤਾਂ ਅਸੀਂ ਕਦੇ ਟੈਨਸ਼ਨ ਨਹੀਂ ਲਈ ਇਸ ਗੱਲ ਦੀ ਕਿ ਯਾਰ ਅਸੀਂ ਰੂਟੀਨ 'ਚ ਪੀਜ਼ਾ ਖਾ ਰਹੇ ਹਾਂ, ਆਪਦੇ ਪਰਿਵਾਰ ਨੂੰ ਖਵਾ ਰਹੇ ਹਾਂ, ਕਸਟਮਰ ਨੂੰ ਖਵਾ ਰਹੇ ਹਾਂ। ਕਦੇ ਕੋਈ ਦਿੱਕਤ ਆਈ ਹੋਵੇ ਜਾਂ ਕਸਟਮਰ ਨੂੰ ਆਈ ਹੋਵੇ ਸਾਨੂੰ ਕਦੇ ਕੋਈ ਇੱਦਾਂ ਟੈਨਸ਼ਨ ਨਹੀਂ ਆਈ ਫੇਸ ਕਰਨੀ। 4 ਸਾਲ ਹੋ ਗਏ ਬਈ ਸਾਨੂੰ ਲਗਭਗ ਕੰਮ ਕਰਦੇ ਨੂੰ, ਅਤੇ ਸ਼ੁਰੂ ਤਾਂ ਕੁਛ ਹੋਰ ਤਰੀਕੇ, ਕਿਉਂਕਿ ਹਰ ਇੱਕ ਬੰਦਾ ਜਦੋਂ ਬਿਜ਼ਨਸ ਕਰਦਾ ਤਾਂ ਉਹਨੂੰ ਐਂਦਾ ਵੀ ਕੁਰਸੀ 'ਤੇ ਬੈਠ ਕੇ ਬਿਜ਼ਨਸ ਕਰੀਏ, ਅਤੇ ਅਸੀਂ ਵੀ ਜਦੋਂ ਸੋਚਿਆ ਤਾਂ ਸ਼ੁਰੂ ਕੀਤਾ, ਬੈਂਕ ਤੋਂ ਲੋਨ ਲਿਆ ਵੀ ਆਪਾਂ ਬਸ ਪੈਸੇ ਚੱਕੇ ਅਤੇ ਕਾਰੋਬਾਰ ਜਦੋਂ ਬਿਜ਼ਨਸ ਕਰ ਲਿਆ ਆਪਾਂ ਪੈਸੇ ਤਾਂ ਮਿੰਟ ਚਲਾ ਦਿੰਦੇ ਹਾਂ, ਕੁਰਸੀ 'ਤੇ ਬਹਿ ਜਾਣਾ ਅਤੇ ਕਾਰੋਬਾਰ ਚਲਾ ਲਿਆ ਵੀ ਬੰਦਿਆਂ ਨੇ ਕਰੀ ਜਾਣਾ ਅਤੇ ਆਪਾਂ ਤਾਂ ਪੈਸੇ 'ਚ ਪਾ ਉਤਰ ਜਾਣਾ। ਜਦੋਂ ਵੱਡੇ ਮਤਲਬ ਪੱਧਰ 'ਤੇ ਲੈ ਕੇ ਕੰਮ ਸ਼ੁਰੂ ਕੀਤਾ ਪਹਿਲੀ ਵਾਰ, ਉਸ ਤੋਂ ਬਾਅਦ ਸਾਨੂੰ ਇਹ ਸਮਝ ਆਈ ਵੀ ਇਹ ਕਹਾਣੀ ਜਿਹੜੀ ਆ ਦਿਖਦੀ ਕੁਛ ਹੋਰ ਆ, ਅਸਲ 'ਚ ਹੈ ਕੁਛ ਹੋਰ, ਦਿਖਾਇਆ ਕੁਛ ਹੋਰ ਜਾਂਦਾ, ਮਤਲਬ ਮਾਹੌਲ ਹੀ ਇੱਦਾਂ ਦਾ ਬਣਿਆ ਹੋਇਆ ਵੀ ਬੜੀ ਵੱਡੀ ਕਮਾਈ ਬਣ ਕੇ ਜਦੋਂ ਸਾਹਮਣੇ ਆਉਂਦੀ ਹੈ ਅਤੇ ਆਪਾਂ ਜਿਹੜਾ ਹੈਗਾ ਉਲਝ ਜਾਂਦੇ ਇਸ ਗੱਲ 'ਚ। ਅਤੇ ਬੈਂਕਾਂ ਤੋਂ ਲੋਨ ਲੈ ਕੇ ਜਦੋਂ ਮੈਂ ਕੰਮ ਸ਼ੁਰੂ ਕੀਤਾ ਰੈਸਟੋਰੈਂਟ ਲੈ ਕੇ ਪਹਿਲਾਂ ਸਟਾਰਟਿੰਗ 'ਚ, ਤਾਂ ਉਹਦੇ ਵਿੱਚ ਮੈਨੂੰ ਪਤਾ ਲੱਗ ਗਿਆ ਸੇਲ ਕੀ ਆ, ਕਮਾਈ ਕੀ ਆ, ਇੰਨੀ ਗੱਲ ਤਾਂ ਸਮਝ ਆ ਗਈ ਸੀ, ਪਰ ਆਊਟਪੁੱਟ 0 ਸੀਗੀ, ਬਹੁਤ ਘੱਟ ਕੰਮ ਸੀਗਾ, ਨਹੀਂ ਸੀ ਇਨਕਮ ਇੰਨੀ ਹੋ ਰਹੀ, ਬੈਂਕਾਂ ਵਾਲਿਆਂ ਦੀਆਂ ਸਾਲ ਕੁ ਕਿਸ਼ਤਾਂ ਭਰੀਆਂ ਪਰ ਉਹ ਕਿਸ਼ਤਾਂ ਰੁਕਣ ਲੱਗ ਗਈਆਂ। ਉਸ ਤੋਂ ਬਾਅਦ ਇੱਕ ਕਾਂਡ ਵੱਡਾ ਹੋ ਜਾਂਦਾ, ਇਲੈਕਸ਼ਨ ਜਦੋਂ ਆਉਂਦੇ ਆ 2022 ਦੇ, ਬਾਈ ਦੀਪ ਦੀ ਡੈਥ ਹੋ ਜਾਂਦੀ ਆ, ਅਤੇ ਬਾਈ ਦੀਪ ਦੀ ਡੈਥ ਦੇ ਨਾਲ ਹੀ ਉਸ ਤੋਂ ਬਾਅਦ ਪਟਿਆਲਾ ਕਾਂਡ ਹੋ ਜਾਂਦਾ, ਉਹਦੇ 'ਚ ਜਿਹੜਾ ਹੈਗਾ ਮੇਰਾ ਨਾਮ ਆ ਗਿਆ, ਤੈਨੂੰ 7 ਲੱਗ ਗਈ ਸੀਗੀ, ਅਤੇ ਉਦੋਂ ਫਿਰ ਕੰਮ 'ਤੇ ਕਾਫੀ ਪ੍ਰਭਾਵ ਪਿਆ, ਭਗੌੜੇ ਰਹਿਣਾ ਪਿਆ ਅਤੇ ਬਾਅਦ 'ਚ ਜੇਲ੍ਹ ਵੀ ਜਾਣਾ ਪਿਆ। ਉਹ ਕੰਮ ਜਿਹੜਾ ਹੈਗਾ ਖੁਰਦਪੁਰ ਜਿਹਾ ਹੋ ਗਿਆ, ਉਹ ਸਾਨੂੰ ਛੱਡਣਾ ਪਿਆ, ਉਹ ਕੰਮ ਛੱਡ ਕੇ ਉਸ ਤੋਂ ਬਾਅਦ ਅਸੀਂ ਇਹ ਜਿਹੜਾ ਸ਼ਹਿਰ ਦੇ ਵਿੱਚ ਜੇਲ੍ਹ ਤੋਂ ਬਾਅਦ ਜਦੋਂ ਆਇਆ ਇਹ ਸ਼ਹਿਰ ਦੇ ਵਿੱਚ ਲਿਆ ਕੇ ਅਸੀਂ ਆਪਦੀ ਫੂਡ ਕਾਰਟ ਜਿਹੜੀ ਸ਼ੁਰੂ ਕੀਤੀ, ਪੀਜ਼ਾ ਵੈਨ ਅਸੀਂ ਇਹਦੇ 'ਤੇ ਸਾਰਾ ਕੁਛ ਕਿਚਨ ਬਣਾ ਲਿਆ, ਇਕੱਲਾ ਓਪਨ ਦੇ ਵਿੱਚ ਸਾਡੀ ਜਿਹੜੀ ਆ ਸੈਟਿੰਗ ਆ 5-7-10 ਜਣਿਆਂ ਦੀ, ਕਸਟਮਰ ਆਉਂਦਾ
ਆ ਕੇ ਜੇ ਕਿਸੇ ਨੇ ਮੌਕੇ ਤੇ ਖਾਣਾ ਤੇ ਇੱਥੇ ਅਸੀਂ ਉਹਨਾਂ ਕੋਲ ਦੇ ਜਾਂਦੇ ਹਾਂ, ਅਦਰਵਾਈਜ਼ ਪੈਕਿੰਗ ਦੀ ਡਿਲੀਵਰੀ ਦੀ ਆਪਸ਼ਨ ਸਾਡੇ ਕੋਲ ਹੈਗੀ ਆ। ਤਾਂ ਫਿਰ ਅਸੀਂ ਇਹ ਕੁਛ ਹੁੰਦਾ ਕਿ ਜਦੋਂ ਤੁਸੀਂ ਕਰਦੇ ਹੋ ਕੰਮ ਤੁਹਾਡਾ, ਪਹਿਲਾਂ ਜਦੋਂ ਰੈਸਟੋਰੈਂਟ 'ਚ ਕਰ ਰਹੇ ਸੀ ਆਪਦਾ ਮਾਹੌਲ ਸੀ, ਉਦੋਂ ਸਾਨੂੰ ਕੀ ਉਹ ਸਫਲਤਾ ਨਹੀਂ ਸੀ ਮਿਲਦੀ, ਕਿਉਂਕਿ ਅਸੀਂ ਇੱਕ ਸਾਈਡ 'ਤੇ ਬੈਠੇ ਸੀ ਆਪਦੀ ਜਗ੍ਹਾ 'ਤੇ, ਕਿਰਾਇਆ ਭਰ ਰਹੇ ਸੀ, ਬਿੱਲ ਉਤਾਰ ਰਹੇ ਸੀ, ਜੇਬਾਂ 'ਚ ਪੈਸੇ ਲੱਗ ਰਹੇ ਸੀ, ਜਦ ਕਿ ਅਸੀਂ ਬੈਂਕਾਂ 'ਚ ਦੌੜਨੇ ਸੀ। ਪਰ ਇੱਥੇ ਕੀ ਹੋਇਆ, ਸਾਨੂੰ ਚਲੋ ਇਹ ਜਗ੍ਹਾ ਲੋਕੇਸ਼ਨ ਚੰਗੀ ਮਿਲ ਗਈ, ਸਾਡੇ ਲੋਕਾਂ ਦਾ ਪਿਆਰ ਸਾਨੂੰ ਮਿਲ ਗਿਆ, ਅਤੇ ਵੱਡੀ ਗੱਲ ਸਾਨੂੰ ਗੁਰੂ ਸਾਹਿਬ ਦੀ ਕਿਰਪਾ ਮਿਲ ਗਈ, ਅਤੇ ਉਹ ਮਾਹੌਲ ਜਿਹੜਾ ਸਾਡਾ ਬਹੁਤ ਚੇਂਜ ਹੋ ਗਿਆ। ਸਾਡੇ ਕੋਲ ਅੱਜ ਸਟਾਫ ਦੇ ਵਿੱਚ ਜੇ ਮੁੰਡੇ ਕੰਮ ਕਰ ਰਹੇ ਆ, ਤਾਂ ਸਾਡੀ ਪਹਿਲੀ ਗੱਲ ਹੀ ਇੱਕ ਆ ਕਿ ਅਸੀਂ ਸਰਦਾਰ ਮੁੰਡਿਆਂ ਦੀ ਜਿਹੜੀ ਆ ਰਿਕੁਆਇਰਮੈਂਟ ਰੱਖੀ ਹੋਈ ਹੈ ਵੀ ਜਿੰਨੇ ਮਰਜ਼ੀ ਆ ਜਾਓ, ਜਿੰਨੇ ਮਰਜ਼ੀ ਆ ਜਾਓ, ਸਿਖਾਵਾਂਗੇ ਵੀ ਅਤੇ ਕੰਮ ਵੀ ਕਰਾਵਾਂਗੇ, ਪਰ ਸ਼ਰਤ ਇਹ ਆ ਵੀ ਜਿਹੜੀ ਮਤਲਬ ਕਹਿੰਦੇ ਹੁੰਦੇ ਆ ਵੀ ਢੂਈ 'ਚ ਲੱਤ ਮਾਰਨ ਵਾਲੀ ਗੱਲ ਆ, ਉਹ ਨਾ ਕਰੇ, ਇਹ ਸ਼ਰਤ ਅਸੀਂ ਰੱਖਦੇ ਹਾਂ। ਅਦਰਵਾਈਜ਼ ਕੰਮ ਚੱਲ ਵੀ ਰਿਹਾ, ਤੁਸੀਂ ਦੇਖਦੇ ਹੋ ਹੁਣ ਬਠਿੰਡੇ ਚੱਲ ਰਿਹਾ, ਗੁਰਦਾਸਪੁਰ ਚੱਲ ਰਿਹਾ, ਚੰਡੀਗੜ੍ਹ, ਨਿਊ ਚੰਡੀਗੜ੍ਹ ਜਿੱਥੇ ਉੱਥੇ ਫਾਈਨਲ ਹੋਇਆ ਪਿਆ, ਅਸੀਂ ਜਾਣਾ ਇੱਕ ਵਾਰੀ ਮਿਲਣ, ਆਪਣਾ ਸੋਹਾਣਾ ਸਾਹਿਬ ਫਾਈਨਲ ਹੋਇਆ ਪਿਆ, ਗਿਰਜਾ ਦੀ ਕਾਲ ਆਈ ਸੀ ਜਾਣਾ, ਉੱਥੇ ਭੁਲੱਤ ਫਾਈਨਲ ਹੋਇਆ ਪਿਆ, ਅੰਮ੍ਰਿਤਸਰ ਦੀਆਂ ਸਾਡੀਆਂ ਤਿੰਨ ਲੋਕੇਸ਼ਨਾਂ ਜਿਹੜੀਆਂ ਸਾਨੂੰ ਸਿੰਘ ਬੁਲਾ ਰਹੇ, ਉੱਥੇ ਅਸੀਂ ਜਾਣਾ, ਵੀ ਲਗਭਗ ਪੂਰੇ ਪੰਜਾਬ ਦੇ ਵਿੱਚੋਂ ਕਾਲਾਂ ਆ ਰਹੀਆਂ, ਬਸ ਉਹ ਕਵਰ ਨਹੀਂ ਹੋ ਰਿਹਾ। ਗੁਰੂ ਸਾਹਿਬ ਦੀ ਬੜੀ ਕਿਰਪਾ, ਬਸ ਮੇਨ ਮੋਟਿਵ ਸਾਡਾ ਇਹ ਆ ਕਿ ਸਾਡੇ ਮੁੰਡੇ ਜਿਹੜੇ ਆ ਸਰਦਾਰ ਭਰਾ ਆਪਦੇ ਆਪ ਹੱਥੀਂ ਕੰਮ ਕਰਨ, ਅਤੇ ਹੱਥੀਂ ਕੰਮ ਕਰਕੇ, ਕਿਉਂਕਿ ਆਪਾਂ ਵਿਦੇਸ਼ਾਂ 'ਚ ਜਾਂਦੇ ਹਾਂ ਬਾਈ, ਉੱਥੇ ਜਾ ਕੇ ਕਰਨਾ ਕੀ ਆ, ਕਰਨਾ ਤਾਂ ਹੱਥੀਂ ਆ, ਪਰ ਕਰਨਾ ਕਿਸੇ ਦਾ, ਅਸੀਂ ਜੋ ਕੁਛ ਕਰਕੇ ਉਹ ਕਿਸੇ ਨੂੰ ਦੇਣਾ, ਪਰ ਕੀ ਅਸੀਂ ਉਹ ਕਮਾਈ ਇੱਥੇ ਕਰ ਸਕਦੇ ਹਾਂ, ਹਾਂ ਜੇ ਹੱਥੀਂ ਕਰਾਂਗੇ, ਹੱਥੀਂ ਕਰਨ ਦਾ ਹੀ ਚੱਲਦੇ ਹਾਂ ਬਈ, ਮਿਹਨਤ ਕਰਨੀ ਪੈਂਦੀ ਆ, ਸ਼ਿਫਟ ਦੇਖਦੇ ਹਾਂ ਆਪਾਂ, ਸੁਣਦੇ ਹਾਂ ਜੀ ਉੱਥੇ 8 ਘੰਟੇ ਦੀ ਓਵਰਟਾਈਮ ਆਉਂਦਾ ਵੀ 10-12 ਘੰਟੇ ਕੰਮ ਕਰਦੇ ਆ, ਸਾਨੂੰ ਪਤਾ ਸਾਡੇ ਸਾਰੇ ਜਵਾਕ ਹੀ ਆ ਲਗਭਗ 20-22 ਸਾਲ ਦੇ ਮੁੰਡੇ ਆ, ਵਿੱਚ ਮੇਰਾ ਭਤੀਜਾ, ਵਿੱਚ ਮੇਰਾ ਭਾਣਜਾ, ਅਤੇ ਸਾਰਾ ਸਟਾਫ ਵਿੱਚ ਮੇਰੇ ਪਰਿਵਾਰਕ ਮੁੰਡੇ ਆ ਸਾਰੇ, ਤਾਂ ਇਹ 14-14 ਘੰਟੇ ਕੰਮ ਇੱਥੇ ਕਰ ਰਹੇ ਆ, ਜਦੋਂ ਅੱਜ ਇਸ ਛੋਟੀ ਜਿਹੀ ਉਮਰ 'ਚ ਅੱਜ 14 ਘੰਟੇ ਇੱਥੇ ਮਿਹਨਤ ਕਰ ਰਹੇ ਆ ਬਾਈ ਜੀ, ਪਹਿਲੀ ਤਾਂ ਗੱਲ ਇਹਨਾਂ ਨੂੰ ਮੇਰੀ ਇਹ ਕਹੀ ਹੋਈ ਆ ਕਿ ਬਾਹਰ ਜਾਣਾ ਨਹੀਂ, ਤੁਹਾਨੂੰ ਇਕੱਲੇ ਇਕੱਲੇ ਨੂੰ ਇੱਕ ਲੋਕੇਸ਼ਨ ਦੇਵਾਂਗੇ, ਤੁਸੀਂ ਆਪਦਾ ਕਾਰੋਬਾਰ ਕਰੋ, ਗੱਲ ਖਤਮ ਆ, ਬਾਹਰ ਨਹੀਂ ਜਾਣਾ। ਹੁਣ ਜਿਹੜਾ ਸਿੰਘ ਉੱਥੇ ਕੰਮ ਕਰ ਰਿਹਾ ਗੁਰਦਾਸਪੁਰ, ਉਹ ਸਿੰਘ ਆਇਆ ਹੋਇਆ ਦੁਬਈ ਤੋਂ 10 ਸਾਲ ਲਾ ਕੇ, ਅੱਜ ਉਹਨਾਂ ਦਾ ਕਾਰੋਬਾਰ ਉੱਥੇ ਬਹੁਤ ਵਧੀਆ। ਜਿਨ੍ਹਾਂ ਨੇ ਨਿਊ ਚੰਡੀਗੜ੍ਹ ਕੰਮ ਕਰਨਾ, ਉਹ ਆਸਟ੍ਰੇਲੀਆ ਦੇ PR ਆ, ਵਰਸਕ ਮੁੰਡਾ ਵੀ ਆਸਟ੍ਰੇਲੀਆ ਦੇ PR ਆ, ਉਹਨਾਂ ਨੇ ਉੱਥੇ ਕੰਮ ਕਰਨਾ, PR ਛੱਡ ਕੇ ਹਾਂਜੀ, ਮੇਰੇ ਕੋਲ ਸਾਰੀ ਔਨ ਰਿਕਾਰਡ ਸਾਰਾ ਕੁਛ ਪਿਆ, ਉਹਨਾਂ ਨੇ ਮੈਸੇਜ ਕਰਕੇ ਤੁਰੇ ਸੀ ਉੱਥੋਂ, ਜਦ ਕਿ ਪਹਿਲਾਂ ਸਾਡੀ ਕਦੇ ਗੱਲ ਨਹੀਂ ਹੋਈ ਸੀ, ਉਹ ਦੇਖਦੇ ਰਹਿੰਦੇ ਸੀਗੇ, ਉਹਨਾਂ ਨੇ ਮੈਨੂੰ ਮੈਸੇਜ ਕੀਤਾ ਬਾਈ ਜੀ ਪੰਜਾਬ ਆਉਣਾ ਅਤੇ ਤੁਹਾਡੇ ਤੋਂ ਅਸੀਂ ਕੰਮ ਲੈਣਾ ਚਾਹੁੰਦੇ ਹਾਂ। ਹੁਣ ਮੈਨੂੰ ਉਦੋਂ ਬਹੁਤ ਹੀ ਖੁਸ਼ੀ ਹੁੰਦੀ ਹੈ ਕਿ ਜਦੋਂ ਸਾਡੇ ਗੁਰਸਿੱਖ ਭਰਾ ਸਾਨੂੰ ਆਪਦੇ ਆਪ ਕਾਲਾਂ ਕਰਦੇ ਆ, ਅਤੇ ਹੁਣ ਇਹ ਹੋਇਆ ਪਿਆ ਕਿ ਸਾਥੋਂ ਉਹਨਾਂ ਦਾ ਮਤਲਬ ਜਿਹੜੀਆਂ ਕਾਲਾਂ ਰਿਸੀਵ ਕਰਨੀਆਂ ਜਾਂ ਉਹਨਾਂ ਦੇ ਕੋਲ ਜਾਣਾ ਅਤੇ ਉਹਨਾਂ ਨੂੰ ਪ੍ਰੋਗਰਾਮ ਦੇਣਾ, ਅਸੀਂ ਸਾਨੂੰ ਮੁਸ਼ਕਲਾਂ ਆ ਰਹੀਆਂ ਹੁਣ, ਸਾਡੇ ਮਤਲਬ ਭੈਣਾਂ ਭਰਾਵਾਂ ਜਿਹੜਾ ਪਿਆਰ ਆ ਉਹਨਾਂ ਵੱਲੋਂ ਕੋਈ ਸਾਨੂੰ ਤੰਗੀ ਨਹੀਂ ਹੁੰਦੀ। 100% ਇਹ ਸਿੰਘ ਹੱਸੀ ਜਾਂਦਾ, ਇਹ ਸਪੈਸ਼ਲੀ ਜਦੋਂ ਆਇਆ ਸੀ ਮੇਰੇ ਕੋਲ, ਹਾਂ ਇਹ ਜਦੋਂ ਆਇਆ ਸੀ ਨਾ, ਇਹ ਸਪੈਸ਼ਲੀ ਇਸ ਗੱਲ ਦੀ ਆਇਆ ਸੀ ਕਿ ਜੇ ਮੈਂ ਤਿਆਰ ਹੋ ਜਾਂ ਬਾਈ, ਕੰਮ ਸਿੱਖ ਲਾਂ ਅਤੇ ਮੈਂ ਕਿਸੇ ਪਾਸੇ ਜਾ ਵੜੂੰਗਾ ਬਾਹਰ। ਹੁਣ ਵੀ ਕਿਤੇ ਕਿਤੇ ਮਨ 'ਚ ਨੇ ਆ ਜਾਂਦੀ ਆ, ਜਦ ਕਿ 6 ਮਹੀਨੇ ਹੋ ਗਏ ਇਹਨੂੰ, 7 ਕਰੀ ਜਾਂਦਾ ਕੰਮ, ਬਹੁਤ ਵਧੀਆ ਕੰਮ ਕਰਦਾ, ਤਿਆਰ ਹੋ ਗਿਆ ਬਹੁਤ ਵਧੀਆ, ਪਰ ਇਹਨੂੰ ਇਹ ਹੁੰਦਾ ਵੀ ਜੇ ਕਿਤੇ ਮੈਂ ਬਾਹਰ ਜਾ ਵੜਾਂ, ਪਰ ਇਹਦੇ ਬਾਪੂ ਜੀ ਉਹ ਗੱਲ ਸਮਝਦੇ ਆ, ਕਹਿੰਦੇ ਨਹੀਂ ਕਿਸੇ ਇਹਨੂੰ ਇੱਥੇ ਰੱਖਾਂਗੇ, ਆਪਾਂ ਇੱਥੇ ਕੰਮ ਕਰਾਂਗੇ। ਹੁੰਦਾ ਬੱਚਿਆਂ ਦੇ ਮਨ 'ਚ ਕੀ ਹੁੰਦਾ, ਜਿਹੜੀ ਅੱਜ ਕੱਲ੍ਹ ਮਾਹੌਲ ਚੱਲਿਆ ਹੋਇਆ ਵੀ ਬਹੁਤ ਛੇਤੀ ਕਾਮਯਾਬ ਹੋ ਜਾਣਾ, ਮਿਹਨਤ ਨਾ ਕਰਨੀ ਪਵੇ, ਪੈਸਾ ਵੱਧ ਆਵੇ। ਛੋਟੀ ਉਮਰ ਆ, ਉਹ ਚੀਜ਼ ਦਾ ਤਜਰਬਾ ਨਹੀਂ ਹੁੰਦਾ, ਜਦੋਂ ਧੱਕੇ ਖਾਂਦਾ ਬੰਦਾ ਉਹ ਤਜਰਬੇ ਹੋ ਜਾਂਦੇ ਆ, ਮੈਂ ਲਾਈਫ ਦੇ ਵਿੱਚ ਬਾਈ ਜੀ ਉਹ ਕਿਹੜਾ ਕੰਮ ਜਿਹੜਾ ਨਹੀਂ ਕੀਤਾ। ਮੇਰਾ ਸਟਾਰਟਿੰਗ ਦੇ ਵਿੱਚ ਕਿਹੜਾ ਕਾਰੋਬਾਰ ਸੀ ਮੇਰਾ ਸੀਗਾ, ਕਰਿਆਨੇ ਦਾ ਕੰਮ, ਅੱਜ ਵੀ ਪੈਂਡੇ ਗਾ ਨਾਲ, ਮੈਂ ਮੋਬਾਈਲ ਰਿਪੇਅਰਿੰਗ ਦਾ, ਨਵੇਂ ਸੇਲਾਂ ਦਾ, ਮੋਬਾਈਲ ਦਾ ਸਾਰਾ ਕੰਮ ਕੀਤਾ ਹੋਇਆ। ਉਹਦੇ 'ਚ ਮੇਰਾ 2015 'ਚ ਪਹਿਲੀ ਜੀ ਜੇਲ੍ਹ ਗਿਆ, ਉਹ ਬੰਦ ਹੋ ਗਿਆ ਸੀ। ਵੀ ਲਗਭਗ ਇੱਦਾਂ ਦੇ ਘਟਨਾਵਾਂ ਹੁੰਦੀਆਂ ਹੋਈਆਂ, ਕੋਈ ਨਵਾਂ ਕੰਮ ਬਾਅਦ ਸ਼ੁਰੂ ਕਰ ਲੈਣਾ ਉਹ ਫਲੋਪ ਹੋ ਜਾਣਾ, ਨਵਾਂ ਕਰ ਲੈਣਾ ਫਲੋਪ ਹੋ ਜਾਣਾ, ਇਹ ਮਾਲਕ ਦੀ ਕਿਰਪਾ ਹੀ ਆ
ਕਿ ਫੂਡ ਬਿਜ਼ਨਸ ਦੇ ਵਿੱਚ ਗੁਰੂ ਸਾਹਿਬ ਨੇ ਪੈਸੇ ਲਾਏ ਆ, ਪਤਾ ਨਹੀਂ ਉਹ ਕਹਿੰਦੇ ਹੁੰਦੇ ਆ ਵੀ ਇੱਕ ਕੀਤਾ ਜਿਹੜਾ ਕੁਛ ਟਾਈਮ ਨਹੀਂ ਹੁੰਦਾ ਬੰਦੇ ਦਾ ਸੰਘਰਸ਼ ਲਾਉਣਾ, ਆਪਾਂ ਸੰਘਰਸ਼ ਲਾਇਆ ਤੇ ਪਰਮਾਤਮਾ ਨੇ ਮੁੜ ਕੇ ਸਾਨੂੰ ਜਵਾਬ ਦਿੱਤਾ ਕਿ ਤੁਹਾਡੀ ਜਿਹੜੀ ਆ ਜਿਹੜਾ ਫਲ ਆ ਤੁਹਾਨੂੰ ਵੀ ਆਹ ਤੁਹਾਡਾ ਫਲ ਆ ਵੀ ਤੁਸੀਂ ਕਿਰਤ ਕਮਾਈ ਜਾ ਸਕਦੇ। ਜਦੋਂ ਆਪਾਂ ਸੰਘਰਸ਼ ਲਈ ਤੁਰਦੇ ਹਾਂ ਪਹਿਲੀ ਤਾਂ ਗੱਲ ਹੁੰਦੀ ਮਿੱਥ ਕੇ ਕੁਛ ਨਹੀਂ ਹੁੰਦਾ, ਕੁਛ ਵੀ ਮਿੱਥ ਕੇ ਨਹੀਂ ਹੁੰਦਾ। ਮੈਂ ਜਿੰਨੇ ਵਾਰੀ ਮੂੰਹ ਪੁੱਠਾ ਘੁਮਾਇਆ ਨਾ ਮੇਰੇ ਉਸ ਵਿੱਚ ਆ ਕੇ ਵੱਜਿਆ, ਮਤਲਬ ਸਿਸਟਮ ਕਹਿ ਲਓ ਜਾਂ ਕੁਛ ਵੀ, ਉਹ ਮੇਰੇ ਵਿੱਚ ਵੱਜਿਆ। ਹੋਇਆ ਕੀ ਵੀ ਜਦੋਂ ਆਪਾਂ ਜੇਲ੍ਹ ਜਾਂਦੇ ਹਾਂ, ਮੈਂ ਵੱਡੀ ਗੱਲ ਇਹ ਸਿੱਖੀ ਆ, ਜਿਹੜੀ ਜਦੋਂ ਭੱਜੇ ਹੋਏ ਆ ਬਈ, ਕਰੋਨਾ ਕਾਲ ਆਪਾਂ ਦੇਖਿਆ ਨਾ, ਕਰੋਨਾ ਕਾਲ ਦੇ ਵਿੱਚ ਆਪਾਂ ਘਰਾਂ 'ਚ ਬੈਠ ਕੇ ਸ਼ਾਂਤ ਹੋ ਕੇ, ਨਾ ਆਪਾਂ ਬਾਹਰ ਦਾ ਕੁਛ ਖਾਂਦੇ ਸੀ, ਆਪਣਾ ਗੱਡੀ ਬਿਨਾਂ ਵੀ ਸਰਦਾ ਸੀ, ਕਿਸੇ ਨੂੰ ਟੈਨਸ਼ਨ ਨਹੀਂ ਸੀ ਪੈਸੇ ਦੀ, ਸਿਰਫ ਰੋਟੀ 'ਤੇ ਟੇਕ ਸੀਗੀ ਵੀ ਪਰਮਾਤਮਾ ਰੋਟੀ ਦੇ ਜਾਵੇ, ਨਾ ਹੀ ਵਾਹਦਾ। ਜੇਲ੍ਹ ਦੇ ਵਿੱਚ ਇਹ ਥਾਵਾਂ ਮਾਹੌਲ ਮਿਲਦਾ ਬਾਈ ਬੰਦੇ ਨੂੰ ਪਰਮਾਤਮਾ ਦੇ ਨੇੜੇ ਲਈ, ਸਭ ਤੋਂ ਵੱਡੀ ਗੱਲ ਜਿਸ ਇਨਸਾਨ ਨੇ ਸੁਧਾਰ ਘਰ ਹਾਂਜੀ ਨਹੀਂ ਚਲੋ ਉਹ ਕੁਛ ਹੋਰ ਤਰੀਕੇ ਨਾਲ ਕਹਿੰਦੇ ਆ। ਹੁਣ ਆਪਾਂ ਜੇ ਆਪਣੇ ਪੰਥਕ ਬੰਦੇ ਜਾਂ ਜਿਹੜੇ ਸਹੀ ਕੰਮ ਕਰਨ ਵਾਲੇ ਬੰਦਾ ਜੇਲ੍ਹ ਜਾਵੇ ਉਹਨੂੰ ਜੇ ਕਹੀਏ ਸੁਧਾਰ ਕੇ ਕੱਢੂਗਾ ਤਾਂ ਮੈਨੂੰ ਲੱਗਦਾ ਵੀ ਹਸੋਈ ਨਹੀਂ ਗੱਲ ਆ। ਹਾਂ ਪਰ ਇੱਕ ਸਿੱਖਣ ਵਾਲੀ ਗੱਲ ਹੈ, ਇੱਕ ਮਜੀਠੀਏ ਨੇ ਉਹਨਾਂ ਦੇ ਨਾ ਜੀ ਬਿਆਨ ਦਿੱਤਾ ਸੀਗਾ, ਉਹ ਤਾਂ ਮਜੀਠੀਆ ਪਟਿਆਲਾ ਜੇਲ੍ਹ 'ਚੋਂ ਆਇਆ ਸੀਗਾ ਜਦੋਂ ਮੈਂ ਰੋਪੜ ਜੇਲ੍ਹ 'ਚੋਂ ਆਇਆ, ਤਾਂ ਉਹ ਕਹਿੰਦਾ ਸੀ ਵੀ ਜਿਹੜੇ ਬੰਦੇ ਨੇ ਕਹਿੰਦਾ ਮਾਹੌਲ ਬਾਣੀ ਦੇ ਵਿੱਚ ਰਹਿ ਕੇ ਨਹੀਂ ਦੇਖਿਆ ਨਾ ਤੂੰ ਇੱਕ ਜੇਲ੍ਹ ਜ਼ਰੂਰ ਜਾਵੇ, ਤਾਂ ਮੈਨੂੰ ਉਹਦੀ ਗੱਲ ਵਧੀਆ ਲੱਗੀ ਸੀ। ਪਰ ਆਪ ਟੈਕ ਦੇਗਾ ਤਾਂ ਨਹੀਂ, ਆਪ ਟੈਕ ਦੇਗਾ ਤਾਂ ਨਹੀਂ, ਲੋਕਾਂ ਨੂੰ ਕਹਿਣਾ ਸੌਖਾ। ਪਰ ਜਿਹੜੀ ਸੱਚਾਈ ਇਹੀ ਆ, ਜਦੋਂ ਆਪਾਂ ਜੇਲ੍ਹ ਜਾਂਦੇ ਹਾਂ ਉੱਥੇ ਗੁਰੂ ਦੇ ਨੇੜੇ ਹੋਣਾ, ਅਤੇ ਸਭ ਤੋਂ ਵੱਡੀ ਗੱਲ ਵੀ ਬੰਦਾ ਆਪਦੇ ਨੇੜੇ ਹੋ ਜਾਂਦਾ, ਆਪਦੇ ਆਪ ਨੂੰ ਸਮਝਦਾ, ਆਪਦੇ ਆਪ ਨੂੰ ਟਾਈਮ ਦਿੱਤਾ ਜਾਂਦਾ, ਅਤੇ ਬਾਹਰ ਫਿਰ ਇਸ ਮਾਹੌਲ 'ਚ ਆ ਜਾਂਦਾ ਬੰਦਾ ਪੈਸੇ ਦੀ ਭੱਗ ਦੌੜ, ਪਰਿਵਾਰ ਨੂੰ ਸਾਂਭ ਸੰਭਾਲ, ਸਮਾਜ ਦੇ ਮਾਹੌਲ ਦੇ ਵਿੱਚ ਸਾਰੇ ਦੇ ਵਿੱਚ ਉੱਥੇ ਬੰਦਾ ਆ ਕੇ ਫਿਰ ਝਗੜੇ ਜਾਂਦਾ। ਪੀਜ਼ਾ ਤੋਂ ਇਲਾਵਾ ਆਪਣੇ ਕੋਲ ਬਰਗਰ ਹੈਗੇ ਜੀ, ਸੈਂਡਵਿਚ ਹੁੰਦੇ ਆ ਜੀ, ਫਰਾਈਜ਼ ਸਭ ਵਗੈਰਾ, ਜਿਹੜਾ ਸਾਬੇ ਆ ਹੁਣ ਸਾਡੇ ਫਰੀਕੁਟ ਵੀ ਹੈਗਾ, ਪਰ ਜੋ ਸਾਬੇ ਅਸੀਂ ਇੱਥੇ ਲਾ ਰਹੇ ਹਾਂ, ਸਾਬੇ ਦਾ ਸਟਾਫ ਆ ਇਹ ਕਹਿੰਦਾ ਕਿ ਜੋ ਸਾਬੇ ਤੁਸੀਂ ਇੱਥੇ ਲਾਉਣੇ ਹੋ ਉਹ ਸਾਡੇ ਸਾਡੀ ਕੰਪਨੀ ਸਾਨੂੰ ਲਾਉਣ ਨਹੀਂ ਦਿੰਦੀ, ਉਹ ਸਾਨੂੰ ਰੋਕਦੇ ਆ ਵੀ ਤੁਸੀਂ ਇੰਨਾ ਮਤਲਬ ਮਟੀਰੀਅਲ ਨਹੀਂ ਪਾਉਣਾ। ਸਾਬੇ ਵਗੈਰਾ ਸਾਰਾ ਕੁਛ, ਸ਼ੇਕ ਵਗੈਰਾ ਸਾਰਾ ਤਿਆਰ ਹੁੰਦਾ ਕਰਨ ਨੂੰ, ਮਤਲਬ ਕੰਮ ਜਿੰਨਾ ਮਰਜ਼ੀ ਉਧਾ ਲਈਏ, ਅਸੀਂ ਸਾਨੂੰ ਇਹ ਆ ਵੀ ਇੱਕ ਵਾਰੀ ਅਸੀਂ ਇਹਨੂੰ ਬੂਸਟ ਅਪ ਕਰੀਏ ਸਾਰੀਆਂ ਥਾਵਾਂ 'ਤੇ ਲੈ ਜਾਈਏ, ਉਸ ਤੋਂ ਬਾਅਦ ਐਡ ਆਨ ਕਰਦੇ ਜਾਵਾਂਗੇ। ਅਸੀਂ ਇੱਕ ਡਾਇਟ ਸੈਲਡ ਰੱਖਿਆ ਹੋਇਆ, ਉਹ ਅਜੇ ਮਤਲਬ ਸ਼ੁਰੂ ਨਹੀਂ ਕੀਤਾ, ਨਾਲ ਮੈਨਿਊ 'ਚ ਆਪਣਾ ਐਡ ਕੀਤਾ ਹੋਇਆ, ਜ਼ਿਆਦਾ ਮੁੰਡੇ ਜਿੰਮ ਵਾਲੇ ਸੈਲਡ ਵਗੈਰਾ ਕੱਚੀਆਂ ਸਬਜ਼ੀਆਂ ਖਾਣਾ ਚਾਹੁੰਦੇ ਆ, ਪਨੀਰ ਖਾਣਾ ਚਾਹੁੰਦੇ ਆ, ਉਹਦੇ ਲਈ ਉਹ ਅਸੀਂ ਤਿਆਰ ਕੀਤਾ ਹੋਇਆ, ਬਸ ਉਹ ਵੀ ਥੋੜ੍ਹੇ ਦਿਨਾਂ 'ਚ ਅਸੀਂ ਸ਼ੁਰੂ ਕਰ ਦੇਣਾ। ਸੋ ਜਿਹੜਾ ਸਾਬੇ ਆ ਜਿੰਮ ਵਾਲੇ ਹੁਣ ਵੀ ਮੁੰਡੇ ਸਾਥ ਤੋਂ ਸਪੈਸ਼ਲੀ ਡੇ ਬਾਈ ਡੇ ਰੋਜ਼ਾਨਾ ਲੈ ਕੇ ਜਾਂਦੇ ਆ, ਹਰ ਇੱਕ ਬੰਦੇ ਨੂੰ ਪਤਾ ਵੀ ਜਿਹੜਾ ਕੋਈ ਵੀ ਬਿਜ਼ਨਸ ਆ, ਚਾਹੇ ਫੂਡ ਲੈਣ ਦੀ ਆਪਾਂ ਇਕੱਲੇ ਦੀ ਗੱਲ ਕਰੀਏ, ਉਹ ਕਿਚਨ ਤੋਂ ਚੱਲਦਾ, ਜੇ ਕੁਛ ਕਿਚਨ 'ਚ ਤੰਗੀ ਕੁਆਲਿਟੀ ਹੈ ਤਾਂ ਫਿਰ ਹੀ ਬਾਹਰ ਕਸਟਮਰ ਬਹਿੰਦਾ ਆ ਕੇ ਹਾਲ 'ਚ। ਜੇਕਰ ਕਿਚਨ 'ਚ ਕੁਆਲਿਟੀ ਹੈ ਨਹੀਂ ਨਾ, ਜੇਕਰ ਕਸਟਮਰ ਜੋ ਤੁਸੀਂ ਪਰੋਸਣਾ ਤਾਂ ਤੁਹਾਡੇ ਜਿਹੜੇ ਵੱਡੇ ਵੱਡੇ ਰੈਸਟੋਰੈਂਟ ਫੇਲ ਹੋ ਜਾਂਦੇ। ਸੋ ਅਸੀਂ ਕਿਚਨ ਦਿੰਦੇ ਹਾਂ ਕਸਟਮਰ ਨੂੰ, ਅਸੀਂ ਫੋਕਸ ਕਰਦੇ ਹਾਂ ਕੁਆਲਿਟੀ 'ਤੇ, ਅਗਲੇ ਦੀ ਮਰਜ਼ੀ ਆ ਉਹ ਰੈਸਟੋਰੈਂਟ 'ਚ ਕਰੇ ਚਾਹੇ ਕਾਰਡ 'ਤੇ ਕਰੇ। ਅਤੇ ਕੰਪਨੀਆਂ ਵੱਡੀਆਂ ਵੱਡੀਆਂ ਪੰਜ ਸੱਤ ਲੱਖ ਰੁਪਈਆ ਫਰੈਂਚਾਈਜ਼ ਫੀਸ ਲੈਂਦੀਆਂ ਇਕੱਲੇ, ਜਿਨ੍ਹਾਂ ਨੇ ਨਾਮ ਲੈਣਾ ਇੱਕ ਅਤੇ ਤੁਹਾਨੂੰ ਕੁਆਲਿਟੀ ਦਾ ਦੱਸਣਾ ਵੀ ਆਹ ਕੁਆਲਿਟੀ ਯੂਜ਼ ਕਰਨੀ ਆ। ਅਸੀਂ ਆਲ ਓਵਰ 7 ਲੱਖ ਰੁਪਏ 'ਚ ਫਰੈਂਚਾਈਜ਼ ਦਿੰਦੇ ਹਾਂ, ਉਹਦੇ 'ਚ ਸੈਟਅਪ ਵੀ ਦਿੰਦੇ, ਨਾਲ ਸਾਰੀਆਂ ਮਸ਼ੀਨਾਂ ਸੈਟਅਪ ਸਾਰਾ ਕੰਟੇਨਰ ਬਣਾ ਕੇ ਉਹ ਨਾਲ ਦਿੰਦੇ ਹਾਂ, ਅਗਲੇ ਨਾਲ ਐਡ ਵੀ ਕਰਦੇ ਹਾਂ, ਚਾਹੇ ਕੰਮ ਚਲਾ ਕੇ ਵੀ ਦੇ ਕੇ ਆਉਂਦੇ ਹਾਂ, ਬੰਦਾ ਵੀ ਹਿਸਾਬ ਦੇ ਚੁੱਕ ਦਿੰਦੇ ਹਾਂ ਤੁਹਾਡਾ ਕੰਮ ਚਲਾ ਕੇ ਦੇ, ਫਿਰ ਰਨਿੰਗ 'ਚ ਕਰਕੇ ਦੇ। ਅਸੀਂ ਉਹ ਚੀਜ਼ ਨਹੀਂ ਰੱਖੀ ਹੋਈ ਵੀ ਅਸੀਂ ਜੇਬ ਭਰ ਲੈਣੀ ਆਪਦੀ, ਅਸੀਂ ਉਹ ਚੀਜ਼ ਨਹੀਂ ਰੱਖੀ ਹੋਈ, ਪਰਸੈਂਟੇਜ ਰੱਖੀ ਹੈ, ਉਸ ਤੋਂ ਬਾਅਦ ਅਸੀਂ 5% ਬਾਅਦ 'ਚ ਲੈਣਾ। ਅਸੀਂ ਬੰਦਾ ਕੰਮ ਕਰ ਰਿਹਾ, ਜਿੰਨਾ ਉਹ ਵਧੀਆ ਕੰਮ ਕਰੂਗਾ ਉਹਦੀ ਪਰਫਾਰਮੈਂਸ ਆ ਬਾਅਦ 'ਚ, ਉਹ ਜਿੰਨਾ ਵਧੀਆ ਕਰੂਗਾ ਉਹ ਆਪਦਾ ਵੀ ਮਤਲਬ ਘਰ ਦੀ ਭਰਪਾਈ ਕਰੂਗਾ, ਸਾਡੀ ਵੀ ਪੂਰਤੀ ਕਰੂਗਾ, ਕਿਉਂਕਿ ਅਸੀਂ ਇਹਦੇ 'ਤੇ ਮਿਹਨਤ ਕੀਤੀ ਆ। ਅਸੀਂ ਲੌਂਗ ਟਰਮ ਚੱਲਣ ਵਾਸਤੇ ਅਸੀਂ ਪਹਿਲਾਂ 5-7 ਲੱਖ ਇਕੱਲਾ ਫੋਕਾ ਨਹੀਂ ਲੈ ਰਹੇ, ਨਹੀਂ ਤਾਂ ਲੈਣ ਨੂੰ ਅਸੀਂ 12-15 ਲੱਖ ਵੀ ਲੈ ਸਕਦੇ ਹਾਂ ਕੁਆਲਿਟੀ ਦੇਣ ਦੇ ਲਈ। ਕੁਆਲਿਟੀ ਰੈਸਟੋਰੈਂਟ ਦੇ ਲਈ ਅਸੀਂ ਇੱਕ ਛੋਟੀ ਦੁਕਾਨ ਲੈ ਕੇ ਇਸ ਰੈਸਟੋਰੈਂਟ ਬਣਾ ਕੇ ਕਿਸੇ ਨੂੰ ਵੀ ਅਸੀਂ 5 ਲੱਖ ਰੁਪਈਏ 'ਚ ਵੰਡ ਸਕਦੇ ਹਾਂ, ਕਿਉਂਕਿ ਚੱਲ ਰਿਹਾ ਮਾਰਕੀਟ 'ਚ ਕੰਮ, ਵੀ ਪੈਸਾ ਲਾ ਲਓ ਬਾਅਦ ਅਗਲਾ ਜਿਹਦਾ ਮਰਜ਼ੀ ਡਿੱਗੇ ਖੂਜ ਆ।
ਅਸੀਂ ਇਹ ਚੀਜ਼ ਸੋਚੀ ਹੈ ਵੀ ਅਗਲੇ ਨੂੰ ਕੰਮ ਚਲਾ ਕੇ ਦੇਣਾ, ਅਗਲਾ ਘੱਟ ਪੈਸਾ ਲਾਵੇ ਤੇ ਕੰਮ ਚਲਾਵੇ, ਉਸ ਤੋਂ ਬਾਅਦ ਸਾਨੂੰ ਰਨਿੰਗ 'ਚ ਆਉਂਦੇ ਰਹਿੰਦੇ ਹਾਂ। ਇੱਕ ਵਾਰੀ ਅਸੀਂ 5 ਲੱਖ ਲੈਣਾ ਤੇ ਸਾਡੀ ਗਾਲੀ ਖਤਮ ਹੋ ਜਾਣੀ ਲਗਭਗ। ਅਸੀਂ ਤੁਸੀਂ ਦੇਖਿਆ ਹੀ ਪੇਜ ਫੇਸਬੁੱਕ ਵਗੈਰਾ ਇੰਸਟਾ ਤੇ ਸਾਰੇ ਕਿਤੇ ਜਿਹੜੇ ਆਪਣੇ ਖੁੱਲ੍ਹ ਰਹੇ, ਜਿੱਥੇ ਵੀ ਪਹਿਲਾਂ ਆਪਾਂ ਅਪਡੇਟ ਵੀ ਕਰਦੇ ਹਾਂ, ਫਿਰ ਜਾ ਕੇ ਉੱਥੋਂ ਰੂਟੀਨ ਦੀਆਂ ਵੀਡੀਓ ਵੀ ਪੈਂਦੀਆਂ। ਵੀ ਇਹੀ ਹੁੰਦਾ ਕਿਉਂਕਿ ਯੁੱਗ ਇੱਦਾਂ ਦਾ ਡਿਜੀਟਲ, ਵੀਡੀਓਜ਼ ਨਾਲ ਦੇਖ ਕੇ ਸਾਰੇ ਕਸਟਮਰ ਵੱਧ ਵਿਜਿਟ ਕਰਦੇ ਆ। ਹੁਣ ਇੱਥੇ ਵੀ ਸਾਡਾ, ਅਸੀਂ ਕਦੇ ਵੀ ਕੋਈ ਸ਼ਹਿਰ ਦੇ ਵਿੱਚ ਪੋਸਟਰ ਪੈਂਫਲੇਟ ਵਗੈਰਾ ਕੁਛ ਨਹੀਂ ਵੰਡਿਆ, ਕੁਛ ਨਹੀਂ ਲਾਇਆ। ਸਾਡੇ ਕਸਟਮਰ ਆਉਂਦੇ ਆ, ਅਸੀਂ ਬਸ ਆਹ ਕਾਰਡ ਬਣਾਏ ਹੋਏ ਆ, ਉਹ ਵੀ ਇਸ 2 ਮਹੀਨੇ ਪਹਿਲਾਂ ਹੀ ਸ਼ੁਰੂ ਕੀਤੇ ਆ। ਇਹ ਤੋਂ ਪਹਿਲਾਂ ਅਸੀਂ ਕੋਈ ਐਡ ਨਹੀਂ ਕੀਤੀ। ਆਹ ਕਾਰਡ ਬਣਾਇਆ, ਕਸਟਮਰ ਨੂੰ ਅਸੀਂ ਕਾਰਡ ਦੇ ਦਿੰਦੇ ਹਾਂ, ਘਰ ਬੈਠਾ ਵੀ ਕਸਟਮਰ ਆਰਡਰ ਕਰਦਾ, ਅਸੀਂ ਪਹੁੰਚਦਾ ਕਰਦੇ। ਬਾਹਰ ਜਾਓਗੇ ਪਹਿਲਾਂ ਪਰਿਵਾਰ ਛੁੱਟੂਗਾ, ਫਿਰ ਆਹ ਮਾਹੌਲ ਪੰਜਾਬ ਦਾ ਇਹ ਛੁੱਟੂਗਾ, ਫਿਰ ਦੂਜੀ ਸਰਦਰਦੀ ਆ ਕਿ ਅਸੀਂ ਕਿਸੇ 'ਤੇ ਨੌਕਰੀ ਕਰ ਰਹੇ ਹਾਂ। ਅੱਜ ਅਸੀਂ ਚਾਹੇ ਛੋਟੇ ਦੇ ਹਾਂ ਪਰ ਮਾਲਕ ਦੇ ਹੈਗੇ ਨਾ, ਸਭ ਤੋਂ ਵੱਡੀ ਗੱਲ ਆ। ਬਾਹਰ ਜਾ ਕੇ ਤੁਸੀਂ ਨੌਕਰ ਲੱਗਣਾ ਚਾਹੇ ਤੁਸੀਂ 5 ਲੱਖ ਕਮਾ ਰਹੇ ਹੋ। ਇੱਕ ਬੰਦਾ ਇੱਥੇ ਪੈਂਚਰ ਲਾ ਰਿਹਾ, ਉਹ ਸ਼ਾਮ ਨੂੰ 500 ਕਮਾਉਂਦਾ। ਇੱਕ ਬੰਦਾ ਬਾਹਰਲੇ ਮੁਲਕ ਜਾ ਕੇ ਪੈਂਚਰ ਲਾਊਗਾ, 5000 ਕਮਾ ਲਊਗਾ, ਪਰ ਇਹ ਤਾਂ ਸੋਚਣਾ ਸਟੇਟਸ ਕੀ ਆ। ਜਿਹੜਾ ਇੱਕ ਇੱਥੇ ਪੰਜਾਬੀ ਨੌਜਵਾਨ ਮੁੰਡਾ, ਉਹਦੀ ਇੱਥੇ ਠੋਸਾ, ਬਾਹਰ ਜਾ ਕੇ ਪੈਂਚਰ ਲਾ ਰਿਹਾ, ਬਾਹਰ ਜਾ ਕੇ ਕੋਈ ਮਤਲਬ ਪਾਰਕਿੰਗਾਂ ਦੇ ਵਿੱਚ ਸਫਾਈਆਂ ਕਰ ਰਿਹਾ। ਇਹ ਸਮਝਣਾ ਤਾਂ ਆਪਣੇ ਬਣਾਉਣਾ ਵੀ ਆਪਾਂ ਆਪਦਾ ਕਰੀਏ ਚਾਹੇ ਛੋਟਾ ਕਰ ਲਈਏ। ਹੁਣ ਅਸੀਂ ਮਾਲਕ ਹਾਂ ਚਾਹੇ ਛੋਟੇ ਦੇ ਮਾਲਕ ਹਾਂ, ਪਰ ਆਪਦੇ ਮਾਲਕ ਹਾਂ। ਬਾਹਰ ਜਾ ਕੇ ਕਿਸੇ ਦੀ ਨੌਕਰੀ ਨਹੀਂ ਲੱਗੇ, ਛੋਟਾ ਕਰ ਲਓ। ਚਾਹੇ ਤੁਸੀਂ ਇੱਕ ਚਾਹ ਵਾਲਾ ਬੰਦਾ ਵੀ ਹੈ ਨਾ, ਉਹ ਵੀ ਚੰਗੀ ਦਿਹਾੜੀ ਬਣਾ ਲੈਂਦਾ, ਪਰ ਆਪਦਾ ਕਰ ਲਓ, ਮਾਲਕ ਬਣ ਦਿਓ। ਆਪਾਂ ਦੇਖੀਏ ਬਈਏ ਤੁਹਾਡੇ ਸਬਜ਼ੀਆਂ ਵੇਚ ਰਹੇ ਪੰਜਾਬ ਦੇ ਵਿੱਚ, ਬਈਏ ਫਰੂਟ ਵੇਚ ਰਹੇ ਆ, ਬਈਏ ਇੱਥੇ ਗੋਲ ਗੱਪੇ ਬਰਗਰ ਵੇਚ ਰਹੇ ਆ, ਅਸੀਂ ਕਰ ਸਕਦੇ ਹਾਂ। ਆਹ 5-4 ਸਾਲ ਤੋਂ ਵੇਖਿਆ ਮਾਹੌਲ ਜਿਹੜਾ ਹੁਣ ਚੇਂਜ ਹੋ ਰਿਹਾ, ਪੰਜਾਬੀ ਮੁੰਡੇ ਜਿਹੜੇ ਆ ਪੰਜਾਬ ਦੇ ਆਪਦਾ ਕੰਮ ਆਪ ਕਰ ਰਹੇ, ਆਪਦੇ ਹੱਥੀਂ ਲੈ ਰਹੇ ਆ। ਕਿਉਂਕਿ ਅਸੀਂ ਲਾਮਾ ਦੇ ਦਿੰਦੇ ਹਾਂ ਕਿ ਫਲਾਣਾ ਬੰਦਾ ਯਾਰ ਗਲਤ ਖਵਾ ਰਿਹਾ। ਬਾਈ ਜਦੋਂ ਉਸ ਸਪੇਸ ਤੁਹਾਡੀ ਖਾਲੀ ਪਈ ਆ, ਉੱਥੇ ਕਿਸੇ ਨੇ ਤਾਂ ਕੁਛ ਖਵਾਉਣਾ ਹੀ ਆ, ਤੇ ਉਹ ਚੰਗਾ ਖਵਾਵੇ ਚਾਹੇ ਮਾੜਾ ਖਵਾਵੇ, ਉਹਦੇ ਹੱਥ ਆਵੇ। ਤਾਂ ਅਸੀਂ ਉਹ ਥਾਂ ਜਿਹੜੀ ਭਰੀਏ, ਵੱਧ ਤੋਂ ਵੱਧ ਪੰਜਾਬ ਦੇ ਨੌਜਵਾਨ ਭਰਾ ਫੂਡ ਲਾਈਨ ਦੇ ਵਿੱਚ ਆਉਣ, ਕਿਉਂਕਿ ਸਿਹਤ ਇੱਥੋਂ ਜਿਹੜੀ ਆ ਖਰਾਬ ਹੋ ਰਹੀ ਸਾਡੀ ਸਾਡੀ ਮਤਲਬ ਠੀਕ ਆ। ਜਿਹੜਾ ਇਹ ਪੀਜ਼ਾ ਜਿਹੜੀ ਇਹ ਮਤਲਬ ਸਾਡੀ ਇੰਡਸਟਰੀ ਆ ਪੀਜ਼ਾ ਲੈਣ ਨਾਲ ਜਿਹੜੀ ਰੈਸਟੋਰੈਂਟ ਦੀ, ਇਹਨੂੰ ਬਹੁਤ ਲੋਕ ਇਸ ਤਰੀਕੇ ਨਾਲ ਲੈਂਦੇ ਆ ਕਿ ਜਿਹੜਾ ਹੈਲਦੀ ਨਹੀਂ, ਅਨਹੈਲਦੀ ਫੂਡ ਹੈ, ਮੰਨਦੇ ਹਾਂ ਮੈਦਾ ਅਨਹੈਲਦੀ ਹੁੰਦਾ, ਪਰ ਅਸੀਂ ਉਹਦੇ ਨਾਲ ਕੀ ਆ ਆਟਾ ਦੇ ਰਹੇ ਹਾਂ। ਠੀਕ ਹੈ ਜੀ, ਆਟਾ ਅਸੀਂ ਡੇਲੀ ਰੋਟੀ ਖਾਂਦੇ ਹਾਂ, ਸਾਡੇ ਜ਼ਿਆਦਾਤਰ ਅਸੀਂ ਜਿਹੜਾ ਪੀਜ਼ਾ ਅਸੀਂ ਰੋਟੀਨ ਯੂਜ਼ ਕਰਦੇ ਹਾਂ, ਅਸੀਂ ਆਪ ਖਾਂਦੇ ਡੇਲੀ। ਠੀਕ ਹੈ ਜੀ, ਹੁਣ ਗੱਲ ਬਈ ਪਤਾ ਕੀ ਆ, ਵਿਦੇਸ਼ਾਂ 'ਚ ਵੀ ਪੀਜ਼ਾ ਚੱਲਦਾ, ਸਾਡੇ ਪੰਜਾਬੀ ਬਾਹਰ ਜਾ ਕੇ ਵੱਧ ਤੋਂ ਵੱਧ ਪੀਜ਼ਾ ਹੀ ਖਾਂਦੇ ਆ। ਪਰ ਬਾਈ ਜੇ ਅਸੀਂ ਇਹਨੂੰ ਚੇਂਜ ਨਾ ਦੇਵਾਂਗੇ, ਆਪਦੇ ਬੰਦੇ ਨਾਲ ਲਿਆਵਾਂਗੇ, ਤਾਂ ਅਗਲੇ ਜੋ ਮਰਜ਼ੀ ਖੋਈ ਜਾਣ ਬਸ ਕੇ ਤੁਹਾਨੂੰ। ਪਰ ਪਹਿਲਾਂ ਕੋਸ਼ਿਸ਼ ਤਾਂ ਕਰਾਉਣਾ ਵੀ ਅਸੀਂ ਆਪ ਵਿੱਚ ਆਵਾਂਗੇ, ਆਪ ਬਣਾਵਾਂਗੇ, ਆਪ ਤਿਆਰ ਕਰਕੇ ਆਪ ਚੰਗਾ ਖਵਾਵਾਂਗੇ, ਤਾਂ ਹੀ ਸਾਡੇ ਲੋਕਾਂ ਦੀ ਸਿਹਤ ਬਣੂਗੀ ਨਾ। ਉਹ ਅਨਹੈਲਦੀ ਫੂਡ ਖਾਣਗੇ ਤਾਂ ਫਿਰ ਬਿਮਾਰ ਤਾਂ ਹੋਣਗੇ। ਹੁਣ ਸਾਡੇ ਕੋਲ ਜਿੰਨੇ ਕਸਟਮਰ ਆ ਰਹੇ ਰਿਪੀਟ ਤੇ, ਜਿੰਨਾ ਮੈਨੂੰ 1-20 ਇੱਦਾਂ ਦਾ ਕਸਟਮਰ ਨਹੀਂ ਜਿਹਨਾਂ ਨੇ ਇਹ ਆ ਕੇ ਕਿਹਾ ਹੋਵੇ ਕਿ ਸਾਨੂੰ ਜਿਹੜਾ ਹੈਗਾ ਤੁਹਾਡੀ ਇੱਥੋਂ ਅਸੀਂ ਫੂਡ ਖਾਧਾ, ਸਾਡੇ ਬੱਚੇ ਨੂੰ ਜਾਂ ਸਾਨੂੰ ਕਦੇ ਵੀ ਤੰਗੀ ਆਈ ਹੋਵੇ। ਇਹੋ ਜਿਹੇ ਕਸਟਮਰ ਆ ਜਿਹਨਾਂ ਦੇ ਬੱਚੇ ਰੂਟੀਨ 'ਚ ਪੀਜ਼ਾ ਖਾਂਦੇ ਹਨ।